ਹਾਡਾ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਸੰਦੀਪ ਸੰਧੂਤੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸੋਹਰਿਆਂ ਦਾ ਪਿੰਡ ਆ ਗਿਆ ਮੂਵੀ ਬਾਰੇ ਇਸ ਮੂਵੀ ਨੂੰ ਕਰੋਨਾ ਕਾਲ ਵਿੱਚ ਰਿਲੀਜ਼ ਕਰਨਾ ਸੀ ਪਰ ਕਰੋਨਾ ਕਾਲ ਵਧਨ ਕਰਕੇ ਇਸ ਮੂਵੀ ਨੂੰ ਡਿਲੇ ਕਰ ਦਿੱਤਾ ਗਿਆ ਸੀ ਜੋ ਕਿ ਹੁਣ 8 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਸ ਮੂਵੀ ਦਾ ਕੁਝ ਦਿਨ ਪਹਿਲਾਂ ਟ੍ਰੇਲਰ ਆਇਆ ਸੀਗਾ ਤੇ ਦਰਸ਼ਕਾਂ ਨੇ ਬਹੁਤ ਹੀ ਉਹਨੂੰ ਪਸੰਦ ਕੀਤਾ ਤੇ ਹੁਣ ਆਪਾਂ ਇਸ ਮੂਵੀ ਦੀ ਸਟੋਰੀ ਬਾਰੇ ਚਰਚਾ ਕਰਾਂਗੇ ਇਸ ਮੂਵੀ ਦੀ ਸਟੋਰੀ ਇਸ ਤਰ੍ਹਾਂ ਹੈ ਕਿ ਦੋ ਪ੍ਰੇਮੀ ਹੁੰਦੇ ਆ ਇੱਕ ਹੁੰਦਾ ਹੈ ਗੁਰਨਾਮ ਪੁੱਲਰ ਤੇ ਉਹਦੀ ਪ੍ਰੇਮਿਕਾ ਹੁੰਦੀ ਹੈ ਸਰਗੁਣ ਮਹਿਤਾ ਸਰਗੁਣ ਮਹਿਤਾ ਤੇ ਗੁਰਨਾਮ ਪੁੱਲਰ ਵਿਆਹ ਵਿੱਚ ਬੰਧਣਾ ਚਾਹੁੰਦੇ ਐ ਕਿ ਉਹ ਆਪਣੇ ਘਰਦਿਆਂ ਦੇ ਨਾਲ ਵਿਆਹ ਬਾਰੇ ਗੱਲ ਕਰਨੀ ਚਾਹੁੰਦੇ ਨੇ ਤੇ ਵਿਆਹ ਉਹ ਆਪਣੇ ਘਰਦਿਆਂ ਦੀ ਮਰਜ਼ੀ ਨਾਲ ਕਰਨਾ ਚਾਹੁੰਦੇ ਨੇ ਤੇ ਸਰਗੁਣ ਮਹਿਤਾ ਦੇ ਘਰ ਗੁਰਨਾਮ ਪੁੱਲਰ ਵਿਚੋਲਿਆਂ ਨੂੰ ਭੇਜਣਾ ਚਾਹੁੰਦਾ ਆ ਤਾਂ ਕਿ ਜੋ ਸਰਗੁਣ ਦੇ ਘਰਦਿਆਂ ਦੇ ਉੱਪਰ ਗੁਰਨਾਮ ਪੁੱਲਰ ਦੇ ਪ੍ਰਤੀ ਬਹੁਤ ਵਧੀਆ ਇਮਪ੍ਰੈਸ਼ਨ ਪਵੇ ਜਦ ਗੁਰਨਾਮ ਪੁੱਲਰ ਸਰਗੁਣ ਦੇ ਘਰ ਵਿੱਚ ਵਿਚੋਲਿਆਂ ਨੂੰ ਨਹੀਂ ਭੇਜਦਾ ਤਾਂ ਸਰਗੁਣ ਦੇ ਘਰ ਕੋਈ ਹੋਰ ਵਿਚੋਲੇ ਆਉਂਦੇ ਆ ਤਾਂ ਸਰਗੁਣ ਬਿਨਾ ਅੱਖ ਚਪਕਿਆਂ ਉਸ ਵਿਚੋਲੇ ਨੂੰ ਹਾਂ ਕਰ ਦਿੰਦੀ ਐ ਪਰ ਉਹ ਵਿਚੋਲਾ ਗੁਰਨਾਮ ਪੁੱਲਰ ਦੇ ਘਰ ਵੱਲੋਂ ਨਹੀਂ ਆਇਆ ਹੁੰਦਾ ਉਹ ਕਿਸੇ ਹੋਰ ਪਰਿਵਾਰ ਵੱਲੋਂ ਆਇਆ ਹੁੰਦਾ ਆ ਤੇ ਉਹ ਵਿਚੋਲਾ ਜਸ ਬਾਜਵਾ ਨਾਮ ਦੇ ਵਿਅਕਤੀ ਦੇ ਘਰ ਵੱਲੋਂ ਆਇਆ ਹੁੰਦਾ ਤੇ ਜਸ ਬਾਜਵਾ ਗੁਰਨਾਮ ਪੁੱਲਰ ਦੇ ਪਿੰਡ ਤੋਂ ਹੀ ਬਿਲੋਂਗ ਕਰਦਾ ਹੁੰਦਾ ਤੇ ਇਸ ਗੱਲ ਨੂੰ ਸਰਗੁਣ ਮੈਂ ਤਾਂ ਨਾ ਨਹੀਂ ਕਰ ਸਕਦੀ ਹੁੰਦੀ ਸਰਗੁਣ ਮਹਿਤਾ ਇਸ ਗੱਲ ਨੂੰ ਹਾਂ ਕਰ ਦਿੰਦੀ ਹੈ ਤੇ ਗੁਰ ਉਹ ਜਸ ਬਾਜ਼ਵਾ ਦੇ ਨਾਲ ਵਿਆਹ ਲਈ ਹਾਂ ਕਰ ਦਿੰਦੀ ਹੈ ਤੇ ਜਸ ਬਾਜ਼ਵਾ ਦੇ ਪਿੰਡ ਵਿੱਚ ਉਹ ਗੁਰਨਾਮ ਪੁੱਲਰ ਦੀ ਸਾਬਕਾ ਪ੍ਰੇਮਿਕਾ ਦੇ ਰੂਪ ਵਿੱਚ ਉਸ ਪਿੰਡ ਵਿੱਚ ਰਹੇਗੀ ਤੇ ਗੁਰਨਾਮ ਪੁੱਲਰ ਦਾ ਦਿਲ ਟੁੱਟ ਜਾਂਦਾ ਆ ਤੇ ਜਦੋਂ ਗੁਰਨਾਮ ਪੁੱਲਰ ਦਾ ਦਿਲ ਟੁੱਟਦਾ ਹੈ ਤਾਂ ਉਹ ਸੈਡ Song ਸੁਣਦਾ ਆ ਪਰ ਉਹ ਆਪਣੇ ਆਪ ਨੂੰ ਸਮਝਾ ਕੇ ਇਸ ਗੱਲ ਦਾ ਬਦਲਾ ਲੈਣਾ ਚਾਹੁੰਦਾ ਆ ਤੇ ਉਹ ਸਰਗੁਣ ਮਹਿਤਾ ਦੇ ਪਿੰਡ ਵਿੱਚੋਂ ਹੀ ਕੁੜੀ ਲੱਭਣੀ ਸ਼ੁਰੂ ਕਰ ਦਿੰਦਾ ਆ ਤੇ ਇਸ ਗੱਲ ਦੀ ਹੁਣ ਅੱਗੇ ਜਾ ਕੇ ਮੂਵੀ ਦੇ ਵਿੱਚ ਪਤਾ ਚੱਲੇਗਾ ਕਿ ਇਸ ਦੀ ਸਟੋਰੀ ਕੀ ਨਿਕਲਦੀ ਹੈ ਪਹਿਲਾਂ ਤਾਂ ਇਸ ਦੀ ਸਟੋਰੀ ਇਹ ਸੀ ਕਿ ਦੋਨੋਂ ਜਾਣੇ ਪਾਗਲਪਨ ਸੀ ਪਿਆਰ ਵਿੱਚ ਪਰ ਹੁਣ ਇਸ ਮੂਵੀ ਨੂੰ 8 ਜੁਲਾਈ ਨੂੰ ਪਤਾ ਲੱਗੇਗਾ ਕਿ ਅੰਤ ਵਿੱਚ ਕੀ ਹੁੰਦਾ ਆ ਕਿਸ ਦੀ ਜਿੱਤ ਹੁੰਦੀ ਹੈ ਉਦੋਂ ਤਾਂ ਦੋਨੋਂ ਦੀ ਜਿੱਤ ਸੀਗੀ ਜਦੋਂ ਮੂਵੀ ਦੀ ਸ਼ੁਰੂਆਤ ਹੋਣੀ ਸੀ ਦੋਨੋਂ ਆਪਸ ਵਿੱਚ ਮਿਲੇ ਸੀਗੇ ਪਰ ਹੁਣ ਉਹਨਾਂ ਦੇ ਰਾਹ ਵੱਖ-ਵੱਖ ਨੇ ਉਨਾਗੇ ਜਾ ਕੇ ਪਤਾ ਲੱਗੇਗਾ ਸਰਗੁਣ ਮਹਿਤਾ ਜਿੱਤ ਹੁੰਦੀ ਹੈ ਕਿ ਗੁਰਨਾਮ ਪੁੱਲਰ ਦੀ 8 ਜੁਲਾਈ ਨੂੰ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਜ਼ਰੂਰ ਇਸ ਮੂਵੀ ਦੇ ਅੰਤ ਨੂੰ ਦੇਖਣਾ ਹੈ ਕਿ ਜਿੱਤ ਕਿਸ ਦੀ ਹੁੰਦੀ ਹੈ ਧੰਨਵਾਦ